ਪੰਜਾਬ ਦੇ ਵਿੱਚ ਪੁਲਿਸ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਘਾਣ ਕੋਈ ਨਵੀਂ ਗੱਲ ਨਹੀਂ ਹੈ। ਅਗਰ ਅਸੀਂ ਸਿਰਫ ਅੰਮ੍ਰਿਤਸਰ ਪੁਲਿਸ ਦੀ ਗੱਲ ਕਰੀਏ ਤਾਂ ਕੁਝ ਦਹਾਕੇ ਪਹਿਲਾਂ ਚੋਰੀ ਦੇ ਇਲਜ਼ਾਮ 'ਚ ਫੜੀਆਂ ਗਈਆਂ ਕੁਝ ਔਰਤਾਂ ਦੇ ਮੱਥੇ ਦੇ ਉੱਤੇ ਲਿਖਵਾ ਦਿੱਤਾ ਗਿਆ ਸੀ ਜੇਬ ਕਤਰੀਆਂ, ਜਿਸ ਦਾ ਕੌਮਾਂਤਰੀ ਪੱਧਰ ਦੇ ਉੱਤੇ ਥੂ ਥੂ ਹੋਈ ਸੀ ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਲੈ ਕੇ ਜਾਂ ਰਾਖੀ ਨੂੰ ਲੈ ਕੇ ਪੂਰੇ ਦੇਸ਼ ਦੀ ਇੱਕ ਤਰ੍ਹਾਂ ਨਾਲ। ਹੁਣ ਫਿਰ ਉਹੀ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਇੱਕ ਕਿਸੇ ਕੇਸ 'ਚ ਲੋੜੀਂਦੇ ਵਿਅਕਤੀ ਦੀ ਪਤਨੀ ਨੂੰ ਸ਼ਰੇਆਮ ਜੀਪ ਉੱਤੇ ਬੰਨ੍ਹ ਕੇ ਸ਼ਰੇਰਾ ਸੁੱਟ ਜਾਣ ਵਾਸਤੇ ਬਦਨਾਮ ਹੋਈ ਹੈ। ਮਾਮਲਾ ਹਾਈਕੋਰਟ 'ਚ ਆ ਚੁੱਕਾ ਹੈ। ਇਸ ਮਾਮਲੇ 'ਚ ਕਈ ਇਹੋ ਜਿਹੀਆਂ ਕੜੀਆਂ ਜਿਹੜੀਆਂ ਨੇ ਉਹ ਜੁੜਦੀਆਂ ਨੇ ਜਾਂ ਖੁੱਲ੍ਹਦੀਆਂ ਜਾ ਰਹੀਆਂ ਨੇ ਇਹੋ ਜਿਹੀਆਂ ਪਰਤਾਂ ਜਿਹੜੀਆਂ ਸ਼ਾਇਦ ਪੁਲਿਸ ਜੋ ਜ਼ਿੰਮੇਵਾਰ ਪੁਲਿਸ ਅਫਸਰ ਨੇ ਉਹਨਾਂ ਵਾਸਤੇ ਬਹੁਤ ਮਹਿੰਗੀਆਂ ਸਾਬਤ ਹੋ ਸਕਦੀਆਂ ਨੇ, ਜਾਂ ਇਹ ਇੱਕ ਐਸਾ ਕੇਸ ਹੋ ਸਕਦਾ ਹੈ ਜੋ ਸ਼ਾਇਦ ਇੱਕ ਵਾਰ ਫਿਰ ਵੱਡੀ ਚਰਚਾ ਦਾ ਵਿਸ਼ਾ ਬਣੇ ਮਨੁੱਖੀ ਹੱਕਾਂ ਦੇ ਘਾਣ ਨੂੰ ਲੈ ਕੇ। ਇਹ ਸਾਰਾ ਮਾਮਲਾ ਕੀ ਹੈ, ਇਸ ਮਾਮਲੇ 'ਚ ਨਵੀਆਂ ਪਰਤਾਂ ਨਵੀਆਂ ਜਿਹੜੀਆਂ ਗੱਲਾਂ ਨੇ ਉਹ ਕਿਹੜੀਆਂ ਸਾਹਮਣੇ ਆ ਰਹੀਆਂ ਨੇ, ਪੁਲਿਸ ਦੀ ਫੇਲਿਓਰ ਜਿਹੜੀ ਹੈਗੀ ਹੈ ਉਹ ਕਿੱਥੇ ਕਿੱਥੇ ਫੜੀ ਗਈ ਹੈ, ਜਿਹੜੀ ਹੁਣ ਹਾਈਕੋਰਟ ਦੇ ਵਿੱਚ ਵਿਚਾਰੀ ਜਾਣੀ ਹੈ। ਇਸ ਕੇਸ ਦੇ ਵਿੱਚ ਜੋ ਮਹਿਲਾ ਨੂੰ ਜਿਸ ਔਰਤ ਨੂੰ ਜੀਪ ਦੇ ਉੱਤੇ ਬੰਨ੍ਹ ਕੇ ਘੁਮਾਇਆ ਗਿਆ ਸੀ ਅਤੇ ਸ਼ਰੇਰਾ ਸੁੱਟਿਆ ਗਿਆ ਸੀ ਅਤੇ ਉਹਦੇ ਸੱਟਾਂ ਵੀ ਲੱਗੀਆਂ ਸੀ, ਉਹਨਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੁੱਕਣ ਵਾਲੇ ਐਡਵੋਕੇਟ ਹਰਚਰਨ ਸਿੰਘ ਬਾਠ ਇਸ ਵਕਤ ਸਾਡੇ ਨਾਲ ਨੇ। ਬਾਠ ਸਾਹਿਬ, ਪਹਿਲਾਂ ਤਾਂ ਦੱਸੋ ਕਿ ਸਾਰਾ ਮਾਮਲਾ ਹੈ ਕੀ? ਇਹ ਮਾਮਲਾ ਅਨਿਲ ਜੀ ਇਹ ਹੈਗਾ ਕਿ ਇੱਕ ਝਗੜਾ ਸੀ ਦੋ ਪਾਰਟੀਆਂ ਦੇ ਵਿੱਚ, ਕੁੰਨਣ ਸਿੰਘ ਐਕਸੈਟਰਾ ਵਗੈਰਾ, ਅਤੇ ਦੂਸਰੇ ਪਾਸੇ ਸੀ ਇੱਕ ਪੁਰਾਣਾ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਰਿਟਾਇਰਡ ਹੋਇਆ ਸਰਕਾਰੀ ਵਕੀਲ, ਉਹਨਾਂ ਨਰਿੰਦਰ ਸਿੰਘ ਕਾਹਲੋਂ। ਉਹਨਾਂ ਦੇ ਵਿੱਚ ਇੱਕ ਪੱਠੇ ਨੂੰ ਲੈ ਕੇ ਝਗੜਾ ਸੀ, ਪੱਠੇ ਦੀ ਜ਼ਮੀਨ ਨੂੰ ਲੈ ਕੇ ਝਗੜਾ ਸੀ। ਨਰਿੰਦਰ ਸਿੰਘ ਕਾਹਲੋਂ ਜਿਹੜਾ ਕਿ ਸਰਕਾਰੀ ਵਕੀਲ ਅੰਮ੍ਰਿਤਸਰ ਦਾ ਰਿਹਾ, ਉਹਨੇ ਐੱਫ ਆਈ ਆਰ ਦਰਜ ਕਰਾਈ ਕਿ ਕੁੰਨਣ ਸਿੰਘ ਅਤੇ ਨਾਲ ਉਹਦੇ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਦਾ ਬਾਈ ਨੇਮ, ਉਹਨਾਂ ਐੱਫ ਆਈ ਆਰ ਦਰਜ ਕੀਤਾ ਕਿ ਇਹ ਬੰਦੇ ਪੱਠੇ ਦੇ ਉੱਤੇ ਆਏ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਜਿਹੜੇ ਕੁੰਦਨ ਸਿੰਘ ਵਗੈਰਾ ਸੀ, ਉਹਨਾਂ ਵੱਲੋਂ ਅਸੀਂ ਹਾਈਕੋਰਟ ਦੇ ਵਿੱਚ ਜ਼ਮਾਨਤ ਪਾਈ, ਐਂਟੀਸਪੇਟਰੀ ਜ਼ਮਾਨਤ, ਬਾਹਰੋਬਾਰ ਜ਼ਮਾਨਤ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ। ਉਹ ਜ਼ਮਾਨਤ ਦੀ ਜਦੋਂ ਸੁਣਵਾਈ ਹੋ ਰਹੀ ਸੀ ਹਾਈਕੋਰਟ ਦੇ ਵਿੱਚ, ਤਾਂ ਉਹਨਾਂ ਨੂੰ ਇਨਟਰਮ ਰਿਲੀਫ ਦੇ ਦਿੱਤਾ ਗਿਆ। ਮਤਲਬ ਇਹ ਹੈ ਕਿ ਉਹਨਾਂ ਦੀ ਅਰੈਸਟ, ਗ੍ਰਿਫਤਾਰੀ 'ਤੇ ਰੋਕ ਲੱਗ ਗਈ ਅਤੇ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਕਿਹਾ। ਉਹਨਾਂ ਸਾਰੇ ਦੋਸ਼ੀਆਂ ਨੇ ਜਿਹੜੇ ਉਹਦੇ ਵਿੱਚ ਬਾਈ ਨੇਮ ਦਰਜ ਸੀ, ਉਹਨਾਂ ਨੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਔਰ ਆਪਣੀ ਹਾਜ਼ਰੀ ਲਵਾ ਦਿੱਤੀ, ਆਪਣੀ ਗੱਲ ਕਹੀ। ਉਸ ਤੋਂ ਬਾਅਦ ਜਿਹੜੀ ਹੈ ਇੱਕ ਗੱਲ ਜਿਹੜੀ ਹਾਈਕੋਰਟ ਦੇ ਸਾਹਮਣੇ ਆਈ ਕਿ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਤਾਂ ਐੱਫ ਆਈ ਆਰ ਦੇ ਵਿੱਚ ਕਿਹਾ ਸੀ ਕਿ ਇਹ ਬੰਦੇ ਤਾਂ ਮੌਕੇ ਤੋਂ ਫੜੇ ਗਏ ਸੀ, ਜੇ ਇਹ ਬੰਦੇ ਮੌਕੇ ਤੋਂ ਪੁਲਿਸ ਨੇ ਫੜ ਲਏ ਸੀ ਅਤੇ ਉਹ ਹਥਿਆਰਾਂ ਦੇ ਨਾਲ ਲੈਸ ਸੀ, ਤਾਂ ਫਿਰ ਜਿਹੜਾ ਹੈ ਉਹ ਭੱਜਣ ਦੇ ਵਿੱਚ ਕਾਮਯਾਬ ਕਿਵੇਂ ਹੋ ਗਏ, ਉਹ ਬਾਹਰ ਕਿਵੇਂ ਚਲੇ ਗਏ, ਅਤੇ ਉਹ ਅੱਜ ਜਿਹੜੀ ਬਾਹਰੋਂ ਬਾਹਰ ਜ਼ਮਾਨਤ ਕਿਵੇਂ ਲਾ ਰਹੇ ਆ, ਉਹ ਕਾਨੂੰਨ ਤੋਂ ਬਾਹਰ ਕਿਵੇਂ ਹੋ ਗਏ, ਪੁਲਿਸ ਨੇ ਛੱਡ ਕਿਵੇਂ ਦਿੱਤੇ ਜਦੋਂ ਹਥਿਆਰ ਤੁਹਾਡੇ ਕੋਲ ਸੀ। ਉਹਨਾਂ ਨੇ ਜਿਹੜੇ ਉੱਥੇ ਪ੍ਰੋਸੀਕਿਊਸ਼ਨ ਸੀ, ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਸੀ ਕ੍ਰਾਈਮ ਬ੍ਰਾਂਚ, ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਹਲਫੀਆ ਬਿਆਨ ਦਿਓ ਕਿ ਇਹ ਬੰਦੇ ਜਿਹੜੇ ਆ ਮੌਕੇ ਤੋਂ ਫੜੇ ਗਏ ਸੀ ਜਾਂ ਨਹੀਂ ਫੜੇ ਗਏ ਸੀ, ਕੀ ਇਹਨਾਂ ਦੇ ਹਥਿਆਰ ਵੀ ਫੜੇ ਗਏ ਸੀ ਕਿ ਨਹੀਂ ਫੜੇ ਗਏ ਸੀ, ਉਹਨਾਂ ਦੇ ਹਥਿਆਰਾਂ ਦੇ ਬਾਰੇ ਜਿਹੜੇ ਫੜੇ ਸੀ ਉਹਨਾਂ ਦੀ ਸਾਨੂੰ 15 ਦਿਨ ਦੇ ਵਿੱਚ ਸਾਡੇ ਸਾਹਮਣੇ ਆਪਣਾ ਇੱਕ ਹਲਫੀਆ ਬਿਆਨ ਪੇਸ਼ ਕਰੋ। ਹੁਣ ਹਲਫੀਆ ਬਿਆਨ ਦੇ ਦੇਣਾ ਬੜਾ ਔਖਾ ਸੀ। ਉਹਨਾਂ ਨੇ ਕੀ ਕੀਤਾ ਹੈ ਕਿ ਉਹ ਜਿਹੜੇ ਬੰਦੇ ਅਰੈਸਟ, ਜਿਹੜੇ ਜਿਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗੀ ਸੀ, ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ, ਜਾਂ ਨਜਾਇਜ਼ ਜਾਂ ਜਾਇਜ਼ ਜਾਂ ਲਾਇਸੈਂਸ ਵਾਲਾ। ਉਹਨਾਂ ਨੇ ਹੁਣ ਹਾਈਕੋਰਟ ਦੇ ਵਿੱਚ ਆਪਣਾ ਐਫੀਡੇਵਿਟ ਦੇਣਾ ਸੀ। ਹਾਈਕੋਰਟ ਦੇ ਵਿੱਚ ਐਫੀਡੇਵਿਟ ਦੇਣ ਲਈ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਕੁੰਦਨ ਸਿੰਘ ਵਗੈਰਾ ਦੇ ਯਾਰ ਦੋਸਤ, ਜਾਣ ਪਛਾਣ ਵਾਲੇ ਜਾਂ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਵੀ ਸੀ, ਉਹਨਾਂ ਨੇ ਪਤਾ ਇੱਕ ਲਿਸਟ ਬਣਾਈ ਕਿ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਹੈ, ਉਹਨਾਂ ਨੇ ਉਹ ਸਾਰਿਆਂ ਦੇ ਉੱਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਇਹਨਾਂ ਦੇ ਜਿਹੜੇ ਘਰ 'ਚ ਹਥਿਆਰ ਪਏ ਨੇ ਉਹ ਅਸੀਂ ਚੱਕ ਲੈਂਦੇ ਹਾਂ, ਅਤੇ ਹਾਈਕੋਰਟ ਨੂੰ ਦੱਸਾਂਗੇ ਜੀ ਇਹ ਹਥਿਆਰ ਉਸ ਵੇਲੇ ਮੌਕੇ ਦੇ ਉੱਤੇ ਸੀ, ਇਹ ਅਸੀਂ ਜਿਹੜੇ ਆ ਰਿਕਵਰ ਕਰ ਲਏ। ਹੁਣ ਉਸ ਮੌਕੇ ਦੇ ਉੱਤੇ ਇਹ ਜਿਹੜੀ ਲੜਕੀ ਹੈ, ਇਹਦਾ ਜਿਹੜਾ ਸਹੁਰਾ ਹੈ ਬਲਵੰਤ ਸਿੰਘ, ਉਹਦਾ ਨਾਂ ਕਿਤੇ ਵੀ ਐੱਫ ਆਈ ਆਰ ਦੇ ਵਿੱਚ ਹੈ ਨਹੀਂ। ਉਸ ਬਲਵੰਤ ਸਿੰਘ ਨੂੰ ਕ੍ਰਾਈਮ ਬ੍ਰਾਂਚ ਨੇ ਇੱਕ ਲਿਖਤੀ ਨੋਟਿਸ ਭੇਜਿਆ, ਜਿਹਨੂੰ ਅਸੀਂ ਕਹਿੰਦੇ ਹਾਂ 160 ਤਾਜੀਰਾਤੇ 160 ਕ੍ਰਿਮੀਨਲ ਪ੍ਰੋਸੀਜਰ ਕੋਡ, ਉਹ ਭੇਜਿਆ ਕਿ ਤੂੰ ਆ ਕੇ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰ। ਉਹਨੂੰ ਪਤਾ ਸੀ ਜੇ ਮੈਂ ਗਿਆ ਤਾਂ ਇਹਨਾਂ ਨੇ ਮੈਨੂੰ ਫੜ ਲੈਣਾ, ਕਿਉਂਕਿ ਮੈਂ ਉਹਨਾਂ ਦਾ ਜਾਣ ਪਛਾਣ ਵਾਲਾ, ਰਿਸ਼ਤੇਦਾਰ ਹਾਂ। ਉਹ ਗਿਆ ਨਹੀਂ, ਜਦੋਂ ਗਿਆ ਨਹੀਂ ਤਾਂ ਇਹਨਾਂ ਨੇ ਉਹਦੇ ਘਰ ਦੇ ਉੱਤੇ ਰੇਡ ਕੀਤਾ। ਜਦੋਂ ਰੇਡ ਕੀਤਾ ਤਾਂ ਉਹ ਘਰ ਦੇ ਵਿੱਚ ਹੈ ਨਹੀਂ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ, ਉਹ ਤਾਂ ਉਸ ਵੇਲੇ ਹਾਈਕੋਰਟ ਮੇਰੇ ਕੋਲ ਆਇਆ ਸੀ ਕਿ ਅਸੀਂ ਇੱਥੇ ਆਪਣੀ ਕਾਨੂੰਨੀ ਕਾਰਾਜੋਰੀ ਕਰੀਏ। ਜਦੋਂ ਮੇਰੇ ਕੋਲ ਹਾਈਕੋਰਟ ਸੀ ਤਾਂ ਉਸ ਵੇਲੇ ਉਹਨੂੰ ਫੋਨ ਗਿਆ ਕਿ ਘਰ ਦੇ ਵਿੱਚ ਇਹ ਕੰਮ ਇਹਨਾਂ ਨੇ ਕੀਤਾ, ਜਿਹੜੀਆਂ ਔਰਤਾਂ ਕਰਦੀਆਂ ਨੇ
उन्होंने तंग परेशान कर रहे हैं। कोई भी लेडी पुलिस उत्थे मैंबर जिहड़ी आ पुलिस पार्टी दे नाल नहीं, दो गड्डियां दे विच तिन्नां गड्डियां दे विच आए ने ते घर दे विच इह कम कर रहे ने। औरतां ने रजिस्टर किया कि तुसीं घर दे विच जा नहीं सकते, तुहाडे कोल सर्च वारंट नहीं है, तुहाडे कोल अरैसट वारंट नहीं है। जदों उन्हां ने रजिस्टर किया तो औरतां ने उन्हां गड्डियां रोकण की भी कोशिश की, तो उदों जिहड़ा सी उन्हां ने उत्थों भज्जण दे लई मौके दे, क्योंकि पिंड दे बहुत सारे लोग भी इकट्ठे हो गए, उस औरत नूं जिहड़ा है उह गड्डी दे उत्ते बिठाया। गड्डी दे उत्ते बिठाउण तों बाद जिहड़ा असीं 3 किलोमीटर तक वह चलते रहे, पिंड शहजादा तो लैके जिहड़ा है 3 किलोमीटर तक पहुँच के उत्थे उन्होंने वो जिहड़ी तेजी नाल जदों गड्डी जा रही सी मोड़िया तो उत्थे वो जिहड़ी आ लड़की जिहड़ी आ उत्थे डिग पई। हाँ मैं दस दवां जिहड़ा कहिंदे आ कि उस औरत दे घर वाले दे उत्ते केस सी, उहदे घर वाले दे उत्ते कोई केस नहीं सी है, ये सिर्फ इस वो सहुरे बलवंत सिंह इस केस के फसाउण दे लई लियाउण दे लई हाई कोर्ट च जवाब देण दे लई कि असी जिहड़ा वा हथियार रिकवर कर लिया उत्थे जिहड़ा उन्हां नूं अरैसट करन दे लई जिहड़ी कोशिश कीती, उन्हां नूं फड़ के हथियार करन ते होर कईआं नूं करन दी कोशिश कीती जिहड़ी उत्थे कामयाब नहीं हो सके। असी गल कर रहे हां जी जो अमृतसर जिले दे विच पुलिस पार्टी वल्लों हाले पिछले महीने एक मामला वापरिया कि एक औरत नूं जीप दे उत्ते बिठा के 3 किलोमीटर तक शरेरा उन्हूं घुमाया गया ते शरेरा उन्हूं सुट के चले गए। ये पहलू शायद इस मामले का पहली बार सामने आ रहा है कि जिवें बाड़ साहब ने कहा है कि जिवें जम्मू कश्मीर दे विच एक फौजी अफसर ने पथराव तो बचा ਲਈ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਉੱਥੋਂ ਦੇ ਇੱਕ ਨੌਜਵਾਨ ਨੂੰ ਜਿਹੜਾ ਜੀਪ ਦੇ ਅੱਗੇ ਬੰਨ ਲਿਆ ਸੀ ਅਤੇ ਇਹ ਸ਼ਾਇਦ ਦੂਜਾ ਹਿੰਦੁਸਤਾਨ ਦਾ ਦੂਜਾ ਮਾਮਲਾ ਐਸਾ ਹੈ ਕਿ ਪੁਲਿਸ ਨੇ ਦੇਖਿਆ ਕਿ ਜਦੋਂ ਉਹਨਾਂ ਨੂੰ ਪਿੰਡ ਵਾਲੇ ਲੋਕਾਂ ਦਾ ਰੋਸ ਜਿਹੜਾ ਹੈਗਾ ਉਹਨੂੰ ਲੱਗਿਆ ਕਿ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ, ਲੋਕ ਕਿਸੇ ਤਰ੍ਹਾਂ ਪੁਲਿਸ ਪਾਰਟੀ ਦੇ ਨੂੰ ਨੁਕਸਾਨ ਪਹੁੰਚਾ ਸਕਦੇ ਨੇ, ਤਾਂ ਪੁਲਿਸ ਪਾਰਟੀ ਨੇ ਆਪਣੀਆਂ ਜਿੰਨੀਆਂ ਵੀ ਉਹਨਾਂ ਦੀ ਟ੍ਰੇਨਿੰਗ ਦੀਆਂ ਜਿੰਨੀਆਂ ਵੀ ਚੀਜ਼ਾਂ ਉਹਨਾਂ ਨੂੰ ਸਿਖਾਈਆਂ ਹੁੰਦੀਆਂ ਨੇ ਅਜਿਹੀ ਸਥਿਤੀ ਨਾਲ ਨਜਿੱਠਣ ਵਾਸਤੇ, ਉਹਦੀ ਬਜਾਏ ਉਹਨਾਂ ਨੇ ਫਿਰ ਜਿਸ ਤਰ੍ਹਾਂ ਦਾ ਜੰਮੂ ਅਤੇ ਕਸ਼ਮੀਰ ਦੇ ਵਿੱਚ ਇੱਕ ਫੌਜੀ ਅਫਸਰ ਵੱਲੋਂ ਉੱਥੋਂ ਦੇ ਇੱਕ ਕਸ਼ਮੀਰੀ ਨੌਜਵਾਨ ਨੂੰ, ਬੇਕਸੂਰ ਨੌਜਵਾਨ ਨੂੰ ਜੀਪ ਦੇ ਅੱਗੇ ਬੰਨ ਕੇ ਜਿਹੜਾ ਹੈਗਾ ਘੁਮਾਇਆ ਗਿਆ ਸੀ ਉਸ ਤੋਂ ਲੋਕਾਂ ਦੇ ਪਥਰਾਅ ਤੋਂ ਬਚਣ ਲਈ, ਉਸ ਤਰ੍ਹਾਂ ਦਾ ਹੀ ਕੰਮ ਪੰਜਾਬ ਪੁਲਿਸ ਨੇ, ਇਹ ਪਹਿਲੀ ਵਾਰ ਹੋ ਰਿਹਾ ਕਿ ਅਗਰ ਉੱਥੇ ਫੌਜ ਇੱਕ ਫੌਜ ਨੇ ਕੀਤਾ ਤਾਂ ਇੱਥੇ ਪੰਜਾਬ ਪੁਲਿਸ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਕੀਤਾ ਹੈ ਕਿ ਇੱਕ ਔਰਤ ਨੂੰ ਲੋਕਾਂ ਤੋਂ ਬਚਣ ਲਈ ਇੱਕ ਔਰਤ ਦੀ ਸ਼ੀਲਡ ਬਣਾ ਕੇ ਮਰਦ ਪੁਲਿਸ ਵਾਲੇ ਜਿਹੜੇ ਨੇ ਉਹ ਉੱਥੋਂ ਨਿਕਲੇ ਨੇ ਪਿੰਡ ਦੇ ਵਿੱਚੋਂ 3 ਕਿਲੋਮੀਟਰ ਤੱਕ ਉਸ ਔਰਤ ਨੂੰ ਉਹ ਜੀਪ ਦੇ ਉੱਤੇ ਬੰਨ ਕੇ ਬਿਠਾਇਆ ਗਿਆ। ਇਹ ਕਿਉਂ ਲੱਗਦਾ ਨਹੀਂ ਕਿ ਜਿਵੇਂ ਜੰਮੂ ਅਤੇ ਕਸ਼ਮੀਰ ਵਾਲਾ ਮਾਮਲਾ ਬਹੁਤ ਹੀ ਜਿਹੜੀ ਗ੍ਰੋਸ ਵਾਇਲੇਸ਼ਨ ਆਫ ਦਾ ਹਿਊਮਨ ਰਾਈਟਸ ਜਿਹੜੀ ਬਣਿਆ ਸੀ, ਤਾਂ ਇਹ ਵੀ ਉਸ ਤਰ੍ਹਾਂ ਦਾ ਮਾਮਲਾ ਕਿਉਂਕਿ ਇੱਥੇ ਤਾਂ ਇੱਕ ਬੇਕਸੂਰ ਔਰਤ ਹੈ। ਮੈਂ ਕਹਿੰਦਾ ਨੀਲ ਜੀ ਤੁਸੀਂ ਜਿਹੜੀ ਜੰਮੂ ਕਸ਼ਮੀਰ ਦੀ ਗੱਲ ਕੀਤੀ ਆ ਉਹਦੇ ਤਾਂ ਫਿਰ ਵੀ ਕੁਝ ਨਾ ਕੁਝ ਜਸਟੀਫਾਈ ਹੁੰਦਾ ਹੈ, ਇਹ ਤਾਂ ਉਹਦੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉੱਥੇ ਤਾਂ ਫਿਰ ਵੀ ਉਹਦੀ ਜਿਹੜਾ ਬੰਦਾ ਉਹਨਾਂ ਨੇ ਸਿਵਲੀਅਨ ਫੜਿਆ ਫੌਜ ਨੇ ਅਤੇ ਉਹਨੂੰ ਇੱਕ ਬੱਧਾ ਉਹਦੇ 'ਤੇ ਜੀਪ ਦੇ ਉੱਪਰ ਬੰਨਿਆ ਕਿ ਤਾਂ ਕਿ ਇਹਨੂੰ ਪਰਸਨਲੀ ਨੁਕਸਾਨ ਕੋਈ ਨਾ ਹੋਵੇ, ਉਹਦੀ ਸੇਫਟੀ ਘੱਟੋ ਘੱਟ ਬੰਦਾ ਜਿੰਦਾ ਰਹੇ, ਉਹਨੂੰ ਬੰਨਿਆ ਉੱਥੇ ਵੀ ਹਾਂ ਇੱਥੇ ਤਾਂ ਰਹੇਗਾ ਨਾ ਇਹ ਘੱਟੋ ਘੱਟ। ਫਿਰ ਉਹਨਾਂ ਨੂੰ ਉਸ ਵੇਲੇ ਸੀ ਕਿ ਉਹ ਲੰਮਾ ਸਮਾਂ ਜਾ ਰਹੇ ਸੀ, ਲੋਕ ਵੱਟੇ ਮਾਰ ਰਹੇ ਸੀ, ਕਿੰਨਾ ਸਮਾਂ ਉਹਨਾਂ ਨੇ ਜਾਣਾ ਸੀ ਕਿ ਰਾਹ ਦੇ ਵਿੱਚ ਜਿਹੜਾ ਵਾ ਪੁਲਿਸ ਵਾਲਿਆਂ ਨੂੰ ਕੋਈ ਅਟੈਕ ਨਾ ਹੋਵੇ ਅਤੇ ਇਸ ਕਰਕੇ ਸਾਡੀ ਸ਼ੀਲਡ ਦੇ ਤੌਰ 'ਤੇ ਕੰਮ ਹੋਵੇ। ਇੱਥੇ ਤਾਂ ਉਹਨੂੰ ਬੰਨਿਆ ਨਹੀਂ ਗਿਆ ਹੈ, ਉਸ ਜਿਹੜੀ ਜੀਪ ਸੀ ਪੁਲਿਸ ਦੀ ਜੀਪ ਜਿਹਦੇ ਉੱਤੇ ਲਿਜਾਇਆ ਗਿਆ ਉਹਦੇ 'ਤੇ ਕੋਈ ਛੱਤ ਨਹੀਂ ਹੈ, ਉਹਦੇ 'ਤੇ ਕੋਈ ਵੀ ਜਿਹੜੀ ਹੈ ਉਹ ਡਿਫੈਂਸ ਨਹੀਂ ਹੈ ਕਿ ਤੁਸੀਂ ਮਾੜੀ ਮੋਟੀ ਸ਼ੀਲਡ ਹੋਵੇ ਕਿ ਤੁਸੀਂ ਕਿਤੇ ਹੱਥ ਪਾ ਲਓ ਬਚ ਲਵੋ, ਉਹ ਤਾਂ ਉਹਦੇ ਉੱਤੇ ਪਾਇਆ ਗਿਆ। ਔਰ ਉਸ ਤੋਂ ਪਿੰਡ ਤੋਂ ਬਾਹਰ ਕੋਈ ਖਤਰਾ ਨਹੀਂ ਹੈ, ਪਿੰਡ ਤਾਂ ਜਿਹੜਾ ਛੋਟਾ ਜਿਹਾ ਪਿੰਡ ਹੈ ਸ਼ਹਿਜਾਦਾ ਜਿਹੜਾ 200 ਮੀਟਰ ਦੇ ਵਿੱਚ ਹੈ, ਜੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਮੰਨ ਲਓ ਕਿ ਲੱਗਦਾ ਵੀ ਸੀ ਖਤਰਾ, 200 ਮੀਟਰ ਤੋਂ ਬਾਅਦ ਜਾ ਕੇ ਕੁੜੀ ਨੂੰ ਛੱਡ ਦਿੰਦੇ ਪਿੰਡ ਤੋਂ ਬਾਹਰ ਜਾ ਕੇ, ਪਰ ਨਹੀਂ ਉਹਨਾਂ ਨੇ ਜਾਣ ਬੁੱਝ ਕੇ ਸਬਕ ਸਿਖਾਉਣ ਦੇ ਲਈ 3 ਕਿਲੋਮੀਟਰ ਤੱਕ ਲੈ ਕੇ ਗਏ, ਜਿਹੜਾ ਕਿ ਮੈਂ ਸਮਝਦਾ ਕਿ ਜੰਮੂ ਕਸ਼ਮੀਰ ਨਾਲੋਂ ਬਹੁਤ ਵਰਸ ਸੀ। ਇਹ ਤਾਂ ਇਸ ਔਰਤ ਦੀ ਕਿਸਮਤ ਸੀ ਜਾਂ ਰੱਬ ਨੇ ਕਹਿ ਲਓ ਬਚਾ ਲਿਆ, ਜਿਹਨੂੰ ਕਹਿੰਦੇ ਰੱਬ ਰੱਖੇ ਤਾਂ ਉਹਨੂੰ ਮਾਰ ਸਕੇ ਨਾ ਕੋਈ, ਇਹ ਉਹਦੀ ਗੱਲ ਆ। ਪੁਲਿਸ ਵਾਲਿਆਂ ਵੱਲੋਂ ਉਹਨੂੰ ਕੋਈ ਵੀ ਕਸਰ ਨਹੀਂ ਛੱਡੀ ਹੈ ਕਿ ਇਹ ਔਰਤ ਜਿਹੜੀ ਆ ਮਰ ਨਾ ਜਾਵੇ ਉਹਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਣ ਲਈ, ਉਹਨਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਅਤੇ ਉਹਦੀ ਕਿਸਮਤ ਆ ਕਿ ਉਹ ਬਚ ਗਈ। 3 ਕਿਲੋਮੀਟਰ ਤੱਕ ਵੇਖੋ ਤੁਸੀਂ ਟ੍ਰੈਫਿਕ ਆ ਰਹੀ ਆ, ਕਿਤੇ ਵੀ ਉਹ ਡਿੱਗ ਜਾਵੇ ਦੂਜੇ ਪਾਸੇ ਕੋਈ ਟਰੱਕ ਆ ਜਾਂਦਾ ਹੈ, ਕੋਈ ਕਿਸੇ ਪਾਸੇ ਗੱਡੀ ਆ ਜਾਂਦੀ ਆ, ਜਾਂ ਈਵਨ ਜਦੋਂ ਗਿਰੀ ਆ ਉਹ ਤਾਂ ਉਹਦਾ ਸਿਰ ਥੱਲੇ ਸੜਕ 'ਤੇ ਵੱਜਦਾ ਤਾਂ ਗਈ ਸੀ ਉਹ। ਇਸ ਕਰਕੇ ਤਾਂ ਇੱਕ ਬਹੁਤ ਇੱਕ ਵੱਡਾ ਜੁਰਮ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇਹ ਪੰਜਾਬ ਪੁਲਿਸ ਨਹੀਂ ਹੈ, ਇਹ ਪੰਜਾਬ ਪੁਲਿਸ ਦੀ ਜਿਹੜੀ ਅੱਗੇ ਬ੍ਰਾਂਚ ਹੈ ਕ੍ਰਾਈਮ ਬ੍ਰਾਂਚ, ਜਿਹੜੀ ਕਿ ਜ਼ਿਆਦਾ ਪ੍ਰੋਫੈਸ਼ਨਲ ਹੈ, ਆਮ ਜਿਹੜੀ ਪੁਲਿਸ ਪਾਰਟੀ ਹੈ ਉਹਦੇ ਨਾਲੋਂ ਜ਼ਿਆਦਾ ਪ੍ਰੋਫੈਸ਼ਨਲ ਹੈ, ਕਿਉਂਕਿ ਇਸ ਟੀਮ ਦੇ ਵਿੱਚ ਉਹੀ ਲੈ ਜਾਂਦੇ ਨੇ ਜਿਹੜੇ ਪੂਰੀ ਤਰ੍ਹਾਂ ਨਾਲ ਟ੍ਰੇਨਡ ਹੋਣ ਕਿ ਕਿਵੇਂ ਅਸੀਂ ਇਨਵੈਸਟੀਗੇਸ਼ਨ ਕੇਸ ਦੀ ਕਰਨੀ ਹੈ।
ਪ੍ਰੋਪਰ ਕਿਵੇਂ ਕਰਨੀ ਆ। ਉਹਨਾਂ ਦਾ ਇਹ ਕੰਮ ਨਹੀਂ ਹੈ ਕਿ ਪੁਲਿਸ ਵਾਲੇ ਜਿਵੇਂ ਪੰਜਾਬ ਪੁਲਿਸ ਕਰਦੇ ਡੰਡਾ ਚੱਕ ਲਿਆ ਅਤੇ ਮਾਰੇ ਮਾਰੇ ਅਤੇ ਕਨਫੈਸ਼ਨ ਕਰਕੇ ਚਲੋ ਜੀ ਫੜ ਲਓ ਜੋ ਕਰ ਲਓ। ਇਹ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਕਿਸਮ ਦੀ ਜਿਹੜੀ ਹੈ, ਔਰ ਇਸੇ ਕਰਕੇ ਜਦੋਂ ਇਸ ਗੱਲ ਦਾ ਰੌਲਾ ਪਿਆ, ਕੇਸ ਹਾਈਕੋਰਟ ਦੇ ਵਿੱਚ ਆ ਗਿਆ, ਤਾਂ ਹੁਣ ਉਹਨਾਂ ਨੇ ਕੀ ਕੀਤਾ ਹੈ ਕਿ ਕੇਸ ਕ੍ਰਾਈਮ ਬ੍ਰਾਂਚ। ਮੇਰਾ ਇੱਥੇ ਛੋਟਾ ਜਿਹਾ ਇੱਕ ਸਵਾਲ ਹੈ, ਤੁਸੀਂ ਉਹਨਾਂ ਦੇ ਵਕੀਲ ਹੋ, ਉਹ ਜੋ ਔਰਤ ਹੈ, ਕੀ ਤੁਹਾਡੇ ਕਲਾਇੰਟ ਨੇ ਤੁਹਾਨੂੰ ਕੀ ਵਿਸਥਾਰ ਦਿੱਤਾ ਕਿ ਕਿਸ ਤਰ੍ਹਾਂ ਉਸ ਨੂੰ ਜੀਪ ਦੇ ਉੱਤੇ ਬਿਠਾਇਆ ਗਿਆ ਸੀ, ਕੀ ਕਹਿ ਕੇ ਬਿਠਾਇਆ ਗਿਆ ਸੀ? ਦੇਖੋ ਜੀ, ਜੋ ਦੋ ਵਰਸ਼ਨ ਜਿਹੜੇ ਸਾਡੇ ਕੋਲ ਆ ਰਹੇ ਨੇ, ਟੂ ਬੀ ਵੈਰੀ ਫੇਅਰ, ਭਾਵੇਂ ਮੈਂ ਉਹਨਾਂ ਦਾ ਵਕੀਲ ਹੈ, ਪਰ ਜੋ ਸਾਨੂੰ ਦੱਸਿਆ ਗਿਆ ਦੋਨਾਂ ਵੱਲੋਂ, ਜੋ ਦੂਜਾ ਵਰਸ਼ਨ ਵੀ ਜਿਹੜਾ ਪੁਲਿਸ ਵਾਲਿਆਂ ਦਾ ਵਰਸ਼ਨ ਹੈ, ਉਹ ਦੋਨੋਂ ਚੀਜ਼ਾਂ ਅਸੀਂ ਜਿਹੜਾ ਜੇ ਉਹਨੂੰ ਅਸੀਂ ਵੇਖਾਂਗੇ ਮਿਲਾ ਕੇ ਤਾਂ ਇਹ ਹੋਏਗਾ। ਜਿਹੜੇ ਸਾਡੀ ਪਾਰਟੀ ਜਿਹੜੀ ਮੇਰੇ ਕਲਾਇੰਟ ਨੇ, ਉਹ ਕਹਿੰਦੇ ਆ ਕਿ ਇਹਨਾਂ ਨੇ ਜ਼ਬਰਦਸਤੀ ਜਿਹੜਾ ਵਾ ਪਿੰਡ ਦੇ ਵਿੱਚੋਂ ਬਚਣ ਦੇ ਲਈ ਅਤੇ ਲੋਕਾਂ ਤੋਂ ਡਰਾਉਣ ਦੇ ਲਈ, ਭੱਜਣ ਦੇ ਲਈ ਕਿ ਅਸੀਂ ਇਹਨੂੰ ਅਰੈਸਟ ਕਰਕੇ ਲੈ ਕੇ ਜਾਣਾ, ਉਹ ਅਰੈਸਟ ਕਰਕੇ ਉਹਨੂੰ ਗੱਡੀ ਦੇ ਵਿੱਚ ਨਹੀਂ ਪਾ ਸਕੇ ਕਿਉਂਕਿ ਕੋਈ ਵੀ ਲੇਡੀ ਪੁਲਿਸ ਨਹੀਂ ਸੀ ਹੈ। ਉਹਨਾਂ ਨੇ ਫਿਰ ਜਿਹੜਾ ਉਸ ਨੂੰ ਗੱਡੀ ਦੀ ਜੀਪ ਦੀ ਜਿਹੜੀ ਛੱਤ ਹੈ ਉਹਦੇ ਉੱਤੇ ਬਿਠਾਇਆ, ਉਹਦੇ ਉੱਤੇ ਬਿਠਾ ਕੇ ਅਤੇ ਗੱਡੀ ਜਿਹੜੀ ਆ ਉੱਥੋਂ ਭਜਾ ਲਈ, ਆਪਣੇ ਆਪ ਨੂੰ ਬਚਾਉਣ ਦੇ ਲਈ, ਅਤੇ ਦੂਜਾ ਪ੍ਰੈਸ਼ਰ ਪਾਉਣ ਦੇ ਲਈ ਕਿ ਅਸੀਂ ਇਹਨੂੰ ਅੰਮ੍ਰਿਤਸਰ ਲੈ ਜਾਵਾਂਗੇ, ਇਹਨਾਂ ਦੀ ਕੁੜੀ ਇੱਥੇ ਜਿਹੜੀ ਫੜੀ ਹੋਏਗੀ, ਅਰੈਸਟ ਹੋਏਗੀ, ਅਤੇ ਇਹ ਬੰਦੇ ਜਿਹੜੇ ਪੇਸ਼ ਨਹੀਂ ਹੋ ਰਹੇ ਤਾਂ ਇਹਨਾਂ ਨੂੰ ਅਸੀਂ ਜਿਹੜਾ ਵਾ ਉਹ ਗ੍ਰਿਫਤਾਰ ਕਰਾਂਗੇ, ਪ੍ਰੈਸ਼ਰ ਦੇ ਥੱਲੇ ਆ ਕੇ ਸਰੈਂਡਰ ਕਰਨਗੇ ਆਪਣੇ ਘਰ ਨੂੰ। ਇੱਕ ਤਾਂ ਇਹ ਵਰਸ਼ਨ ਜਿਹੜਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਮੈਂ ਬੜੇ ਜ਼ਿੰਮੇਵਾਰੀ ਤਰੀਕੇ ਨਾਲ ਕਹਿ ਰਿਹਾ ਕਿ ਜਿਹੜੀਆਂ ਵੀਡੀਓਜ਼, ਇੱਕ ਤਾਂ ਉਹ ਹੈ ਕੁੜੀ ਦੀ ਜੀਪ ਦੇ ਉੱਤੇ ਆਉਣ ਵਾਲੀ, ਉਸ ਤੋਂ ਬਾਅਦ ਆ ਜਿਹੜੀਆਂ ਉੱਥੇ ਸਕਫਲ ਹੋਈ ਆ ਕ੍ਰਾਈਮ ਬ੍ਰਾਂਚ ਦੇ ਉੱਤੇ ਅਤੇ ਆਮ ਜਿਹੜਾ ਪਰਿਵਾਰ ਹੈ ਉਹਨਾਂ ਦੇ ਨਾਲ, ਉਸ ਕਫਲ ਦੇ ਵਿੱਚ ਵੀ ਜਿਹੜਾ ਹੈ ਬਿਲਕੁਲ ਸਾਫ਼ ਹੈ ਕਿ ਜਿਹੜੇ ਪੁਲਿਸ ਆਫਿਸਰਸ ਨੇ ਕ੍ਰਾਈਮ ਬ੍ਰਾਂਚ ਦੇ, ਉਹ ਬਕਾਇਦਾ ਔਰਤਾਂ ਦੇ ਉੱਤੇ ਹਮਲਾ ਕਰ ਰਹੇ ਨੇ, ਝੜਪਾਂ ਕਰ ਰਹੇ ਨੇ, ਔਰ ਕੋਈ ਵੀ ਲੇਡੀ ਪੁਲਿਸ ਉੱਥੇ ਅਵੇਲੇਬਲ ਨਹੀਂ ਹੈ, ਉਹਨਾਂ ਦੇ ਨਾਲ ਨਹੀਂ ਹੈ, ਇਹਦੇ ਵਿੱਚ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ। ਹਾਂ, ਦੂਸਰੀ ਗੱਲ ਜਿਹੜੀ ਹੈ ਉਹ ਪੁਲਿਸ ਵਾਲੇ ਆਉਂਦੇ, ਪੁਲਿਸ ਵਾਲਿਆਂ ਦਾ ਜਿਹੜਾ ਵਰਸ਼ਨ ਹੈ ਜਿਹੜਾ ਉਹਨੂੰ ਲਿਆਂਦਾ ਉਹ ਇਹ ਹੈ ਕਿ ਇਹ ਕੁੜੀ ਜਿਹੜੀ ਆ ਆਪਣੇ ਆਪ ਉਹ ਜਿਹੜੀ ਉਸ ਜੀਪ ਦੇ ਉੱਤੇ ਬੈਠ ਗਈ। ਵੇਖੋ, ਇੱਕ ਤਾਂ ਔਰਤ ਦੇ ਲਈ ਬੜਾ ਔਖਾ ਵਾ ਕਿ ਇਸ ਤਰ੍ਹਾਂ ਨਾਲ ਜੀਪ ਦੇ ਉੱਤੇ ਬੈਠਣਾ। ਦੂਜੀ ਗੱਲ, ਮੰਨ ਵੀ ਲਓ, ਮੈਂ ਇਹ ਕਹਿੰਦਾ ਕਿ ਚਲੋ ਫਾਰ ਦੀ ਮੂਵਮੈਂਟ ਜਿਹੜਾ ਵਾ, ਫਾਰ ਦੀ ਸੇਕ ਆਫ ਆਰਗੂਮੈਂਟ ਮੰਨ ਵੀ ਲਓ ਕਿ ਉਹ ਬੈਠ ਗਈ, ਪਰ ਕੀ ਇਹ ਪੁਲਿਸ ਦੀ ਰਿਸਪੋਂਸੀਬਿਲਟੀ ਹੈ ਕਿ ਉਹ ਛੱਤ ਦੇ ਉੱਤੇ ਇੱਕ ਔਰਤ ਬੈਠੀ ਹੋਈ ਅਤੇ 3 ਕਿਲੋਮੀਟਰ ਤੱਕ ਤੁਸੀਂ 100 ਦੀ ਸਪੀਡ ਦੇ ਉੱਤੇ ਗੱਡੀ ਭਜਾ ਰਹੇ ਹੋ ਅਤੇ ਇੱਕ ਔਰਤ ਦੀ ਜ਼ਿੰਦਗੀ ਜਿਹੜੀ ਹੈ ਉਹ ਤੁਸੀਂ ਜੋਖਮ ਦੇ ਵਿੱਚ ਪਾ ਰਹੇ ਹੋ, ਰਿਸਕ ਦੇ ਵਿੱਚ ਪਾ ਰਹੇ ਹੋ, ਜੇ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਉਹਨੂੰ ਅਰੈਸਟ ਵੀ ਕਰਨਾ, ਲੈ ਕੇ ਵੀ ਜਾਣਾ ਵਾ ਕਿਸੇ ਗੱਲ ਲਈ ਵੀ ਚਾਹੀਦੀ ਹੈ, ਤੁਸੀਂ ਪਿੰਡ ਤੋਂ 200 ਮੀਟਰ ਤੱਕ ਬਾਹਰ ਕੱਢ ਕੇ ਜਿੱਥੇ ਕੋਈ ਆਬਾਦੀ ਨਹੀਂ, ਕੋਈ ਕੁਛ ਨਹੀਂ ਹੈ, ਤੁਸੀਂ ਔਰਤ ਨੂੰ ਪਿਆਰ ਦੇ ਨਾਲ ਥੱਲੇ ਕਰਕੇ ਕਿ ਬੀਬੀ ਥੱਲੇ ਆਓ, ਅਸੀਂ ਤੁਹਾਡੇ ਤੋਂ ਆਹ ਪੁੱਛਗਿੱਛ ਕਰਨੀ ਆ ਅਤੇ ਅਸੀਂ ਤੁਹਾਨੂੰ ਜਿਹੜਾ ਵਾ ਉਹ ਲੈ ਕੇ ਜਾਣਾ ਵਾ, ਜਾਂ ਬੀਬੀ ਤੁਸੀਂ ਕਿਉਂ ਉੱਪਰ ਬੈਠੇ ਹੋ, ਕੀ ਗੱਲ ਹੈ ਤੁਹਾਡਾ, ਅਸੀਂ ਤੁਹਾਨੂੰ ਅਰੈਸਟ ਨਹੀਂ ਕਰਨਾ ਹੈ, ਤੁਸੀਂ ਇਸ ਕੇਸ ਦੇ ਵਿੱਚ ਲੜੀਦੇ ਨਹੀਂ ਹੈ। ਇਹੋ ਜਿਹੀ ਕੋਈ ਵੀ ਸ਼ਹਾਦਤ, ਕੋਈ ਵੀ ਐਵੀਡੈਂਸ ਜਿਹੜੀ ਆ ਪੁਲਿਸ ਵੱਲੋਂ ਨਹੀਂ ਹੈ, ਜੇ ਅਸੀਂ ਉਹਨਾਂ ਦੀ ਆਰਗੂਮੈਂਟ ਮੰਨ ਵੀ ਲਈਏ ਤਾਂ ਇਹ ਇੱਕ ਬਿਲਕੁਲ ਹੀ ਗੈਰ ਜ਼ਿੰਮੇਵਾਰਾਨਾ, ਬਿਲਕੁਲ ਹੀ ਇੱਕ ਜਰਾਇਮ ਜਿਹੜਾ ਹੈ, ਇੱਕ ਬਿਲਕੁਲ ਹੀ ਜਿਹੜਾ ਨੋਨ ਪ੍ਰੋਫੈਸ਼ਨਲ ਐਕਟ ਐਂਡ ਕੰਡਕਟ ਜਿਹੜਾ ਔਨ ਦੀ ਪਾਰਟ ਆਫ ਦੀ ਕ੍ਰਾਈਮ ਬ੍ਰਾਂਚ ਜਿਹੜੀ ਆ ਉਹਨਾਂ ਦੇ ਉੱਪਰ ਹੈ। ਹੁਣ ਪਤਾ ਲੱਗ ਰਿਹਾ ਕਿ ਇਸ 'ਚ ਵਿਸ਼ੇਸ਼ ਜਾਂਚ ਟੀਮ ਜਿਹੜੀ ਬਣਾ ਦਿੱਤੀ ਗਈ ਹੈ, ਜਿਹੜੇ ਆਈ ਜੀ ਰੋਪੜ ਜ਼ੋਨ ਜਿਹੜੇ ਵੀ ਨੀਰਜਾ ਨੇ ਉਹਨਾਂ ਦੀ ਅਗਵਾਈ 'ਚ 2 ਮੈਂਬਰ ਹੋਰ ਨੇ। ਇੱਥੇ ਪਤਾ ਲੱਗ ਰਿਹਾ ਕਿ ਕੁਝ ਹੌਚ ਪੌਚ ਦੇ ਵਿੱਚ ਪੁਲਿਸ ਕੁਝ ਇੱਥੇ ਵੀ ਕੁਝ ਗਲਤੀਆਂ ਕਰ ਗਈ ਹੈ, ਕੁਝ ਚੀਜ਼ਾਂ ਫੜੀਆਂ ਗਈਆਂ ਨੇ ਇਸ ਮਾਮਲੇ, ਜਿਹੜਾ ਇੱਕ ਤਾਜ਼ਾ ਐਫੀਡੈਵਿਟ ਜਿਹੜਾ ਹਾਈਕੋਰਟ 'ਚ ਦਿੱਤਾ ਹੈ ਪੰਜਾਬ ਸਰਕਾਰ ਨੇ ਜਾਂ ਅੰਮ੍ਰਿਤਸਰ ਪੁਲਿਸ ਨੇ? ਨੀਲ ਜੀ, ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਬਹੁਤ ਹੀ ਨਾ ਪੰਜਾਬ ਪੁਲਿਸ ਜਾਂ ਜਿਹੜੇ ਭਾਵੇਂ ਕ੍ਰਾਈਮ ਬ੍ਰਾਂਚ ਵੀ ਹੈ, ਜਦੋਂ ਇਹ ਮਤਲਬ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ, ਆਪਣੇ ਆਪ ਨੂੰ ਡਿਫੈਂਡ ਕਰਨਾ ਚਾਹੁੰਦੇ ਆ ਨਾ, ਦੇ ਕੈਨ ਗੋ ਟੂ ਐਨੀ ਐਕਸਟੈਂਟ। ਹੁਣ ਉਹਨਾਂ ਦਾ ਕ੍ਰਾਈਮ ਬ੍ਰਾਂਚ ਦਾ ਜਿਹੜਾ ਉਹਨਾਂ ਨੇ ਐਫੀਡੈਵਿਟ ਸਾਨੂੰ ਦਿੱਤਾ, ਇਹ 2 ਤਰੀਕ ਜਿਹੜੀ ਲੰਘੀ ਹੈ ਉਸ ਦਿਨ ਸੁਣਵਾਈ ਸੀ, ਉਸ ਦਿਨ ਜਿਹੜਾ ਸਾਨੂੰ ਇੱਕ ਐਫੀਡੈਵਿਟ ਦਿੱਤਾ ਹੈ ਕ੍ਰਾਈਮ ਬ੍ਰਾਂਚ ਦਾ ਜਿਹੜਾ DSP ਹੈ ਲਖਬੀਰ ਸਿੰਘ ਉਹਦੇ ਵੱਲੋਂ, ਉਹਦੇ ਵਿੱਚ ਉਹਨਾਂ ਨੇ 4-5 ਬੰਦਿਆਂ ਦੀਆਂ ਸਟੇਟਮੈਂਟ, ਪੁਲਿਸ ਅਫੀਸ਼ੀਅਲ ਦੀਆਂ ਸਟੇਟਮੈਂਟ ਜਿਹੜੀਆਂ ਉਹ ਲੈ ਕੇ ਆਉਂਦੀਆਂ ਨੇ, ਜਿਹੜੀਆਂ ਸਾਡੇ ਕੋਲ ਵਰਨਾਕੁਲਰ ਦੇ ਵਿੱਚ ਵੀ ਆ, ਪੰਜਾਬੀ ਦੇ ਵਿੱਚ ਵੀ ਆ ਅਤੇ ਉਹਦੀ ਟ੍ਰਾਂਸਲੇਸ਼ਨ ਵੀ ਆ, ਪਰ ਉਹਦੇ ਇੰਡੈਕਸ ਤੋਂ ਲੈ ਕੇ ਉਹਨਾਂ ਸਟੇਟਮੈਂਟ ਦੇ ਵਿੱਚ ਕਿਤੇ ਵੀ ਇਹ ਤਰੀਕ ਨਹੀਂ ਹੈ ਕਿ ਇਸ ਤਰੀਕ ਨੂੰ ਇਹ ਬਿਆਨ ਅਸੀਂ ਇਹਨਾਂ ਪੁਲਿਸ ਅਫਸਰ ਦੇ ਲਏ ਨੇ। ਉਹ ਹੁਣ ਸਾਰੇ ਕੁਝ ਦੇ ਉੱਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਸਾਰੇ ਕੁਝ ਦੇ ਉੱਤੇ ਝੂਠ ਦੀ ਇੱਕ ਬਹੁਤ ਪੜੁੱਲ ਬਣਾ ਕੇ ਵੱਡੀ ਕਹਾਣੀ ਘੜ ਕੇ ਇਸ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਆਪਣੀ ਜਿਹੜੀ ਉਹਨਾਂ ਦਾ ਐਕਟ ਅਤੇ ਕੰਡਕਟ ਸੀ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਜਦੋਂ ਇਸ ਗੱਲ ਦਾ ਬਹੁਤ ਰੌਲਾ ਪੈ ਗਿਆ ਅਤੇ ਪੰਜਾਬ ਗਵਰਨਮੈਂਟ ਦੇ ਟੌਪ ਤੱਕ ਇਸ ਗੱਲ ਦੀ ਪਹੁੰਚ ਗਈ, ਬਹੁਤ ਸਾਰੇ ਮਿਨਿਸਟਰ ਨੇ ਵੀ ਜਿਹੜਾ ਇਹ ਕਿਹਾ ਕਿ ਬਿਲਕੁਲ ਗਲਤ ਹੋਇਆ,
ਤਾਂ ਉਹਨਾਂ ਨੂੰ ਮਜਬੂਰੀ ਦੇ ਵਿੱਚ ਹੁਣ ਉਹਨਾਂ ਨੇ ਇੱਕ SIT ਜਿਹੜੀ ਆ ਉਹ ਬਣਾਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ, ਜਿਹਦੇ ਵਿੱਚ ਵੀ ਨੀਰਜਾ ਉਹਦੇ ਜਿਹੜੇ ਹੈੱਡ ਨੇ, ਚੇਅਰਪਰਸਨ ਨੇ ਉਸ ਦੇ ਵਿੱਚ, ਕਵਰ ਵਿਜੇ ਪ੍ਰਤਾਪ ਜਿਹੜੇ ਆ ਉਹਦੇ ਮੈਂਬਰ ਨੇ, ਇੱਕ ਸੰਦੀਪ ਗੋਇਲ ਨੇ ਉਹ ਵੀ ਉਹਦੇ ਮੈਂਬਰ ਨੇ। ਹਾਈ ਲੈਵਲ ਦੀ ਟੀਮ ਜਿਹੜੀ ਇਹਨਾਂ ਨੇ ਇਸ ਦੀ ਨਵੇਂ ਸਿਰੇ ਤੋਂ ਇਨਵੈਸਟੀਗੇਸ਼ਨ ਕਰਨ ਲਈ, ਇਹ ਤਿੰਨੇ ਕੇਸ ਜਿਹੜੇ ਆ, ਸਿਰਫ ਉਹ ਜਿਹੜਾ ਪਹਿਲੇ ਵਿੱਚ ਜਿਹੜਾ ਮੈਂ ਦੱਸਿਆ ਜਿਹਦੇ ਵਿੱਚ ਉਸ ਨੂੰ ਫੜਨ ਗਏ ਸੀ, ਉਸ ਤੋਂ ਬਾਅਦ ਉਹਨਾਂ ਨੇ ਇੱਕ FIR ਦਰਜ ਕੀਤੀ ਇੱਕ SHO 'ਤੇ ਕਿ ਇਹ SHO ਨੇ ਜਿਹੜਾ ਹੈ ਪੈਸੇ ਲੈ ਕੇ ਇਹਨਾਂ ਬੰਦਿਆਂ ਤੋਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਤੀਸਰਾ ਕੇਸ ਜਿਹੜਾ ਵਾ ਉਹ ਕੀਤਾ ਕਿ ਜਦੋਂ ਇਹ ਕ੍ਰਾਈਮ ਬ੍ਰਾਂਚ ਵਾਲੇ ਫੜਨ ਗਏ ਤਾਂ ਬਜਾਏ ਇਸ ਗੱਲ 'ਤੇ ਕਿ ਆਪਣੀ ਜ਼ਿੰਮੇਵਾਰੀ ਲੈਣ, ਉਹਨਾਂ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ 307 ਅਟੈਂਪਟ ਟੂ ਮਰਡਰ ਅਤੇ ਪੁਲਿਸ ਦੀ ਜਿਹੜੀ ਆ ਉਹ ਜਿਹੜੇ ਡਿਊਟੀ ਨਿਭਾ ਰਹੇ ਉਹਦੇ ਵਿੱਚ ਰੋਕ ਪਾਉਣ ਦੀ ਗੱਲ ਅਤੇ ਹੋਰ ਕਈ ਸੈਕਸ਼ਨ ਲਾ ਕੇ ਉਹਨਾਂ ਸਾਰਿਆਂ ਦੇ ਉੱਤੇ ਇੱਕ FIR ਦਰਜ ਉਹਨਾਂ ਦੇ ਉੱਤੇ ਕਰ ਲਈ ਹੈ। ਹੁਣ ਇਹ ਤਿੰਨੇ ਜਿਹੜੇ FIR ਆ ਇਹਨਾਂ ਤਿੰਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਜਿਹੜੀ ਆ ਸੌਂਪ ਦਿੱਤੀ ਗਈ ਹੈ। ਕ੍ਰਾਈਮ ਬ੍ਰਾਂਚ ਤੋਂ ਵੀ ਖੋਲ੍ਹੀ ਆ, ਪੰਜਾਬ ਪੁਲਿਸ ਤੋਂ ਤਾਂ ਪਹਿਲਾਂ ਹੀ ਖੋਲ੍ਹੀ ਸੀ। ਹੁਣ ਸਾਨੂੰ ਇਹ ਆਸ ਹੈ ਕਿਉਂਕਿ ਇੱਕ ਬਹੁਤ ਹੀ ਪ੍ਰੋਫੈਸ਼ਨਲ IPS ਆਫਿਸਰ ਨੇ, ਬਹੁਤ ਹਾਈ ਲੈਵਲ ਦੇ ਪ੍ਰੋਫੈਸ਼ਨਲ ਆਫਿਸਰ ਨੇ। ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਸਾਡੀ ਮੰਗ ਵੀ ਸੀ ਜਿਹੜੀ ਅਸੀਂ ਪਟੀਸ਼ਨ ਪਾਈ ਸੀ ਅਤੇ ਕਿ ਜਿਹੜਾ ਵਾ ਸਾਡੀ ਪਾਰਟੀ ਨੂੰ, ਸਾਡੇ ਕਲਾਇੰਟਸ ਨੂੰ ਜਿਹੜਾ ਉਹ ਨਿਆਂ ਮਿਲੂਗਾ ਔਰ ਜਿਹੜੇ ਵੀ ਇਹਦੇ ਵਿੱਚ ਜ਼ਿੰਮੇਵਾਰ ਪੁਲਿਸ ਅਫਸਰ ਹੈ ਉਹਨਾਂ 'ਤੇ ਵੀ ਐਕਸ਼ਨ ਲਿਆ ਜਾਊਗਾ ਔਰ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਆ ਫੇਕ ਸਟੇਟਮੈਂਟਾਂ ਲਈਆਂ ਨੇ, ਫੇਕ ਜਿਹੜੇ ਸਟੇਟਮੈਂਟਾਂ ਲਾ ਕੇ ਹਾਈਕੋਰਟ ਦੇ ਵਿੱਚ ਆਏ ਨੇ ਆਪਣੀ ਸਕਿਨ ਬਚਾਉਣ ਦੇ ਲਈ, ਉਹਨਾਂ ਦੇ ਉੱਪਰ ਵੀ ਜਿਹੜਾ ਉਹ ਪੂਰਾ ਐਕਸ਼ਨ ਲਿਆ ਜਾਊਗਾ। ਜਿਹੜਾ ਤਾਂ ਪਰਟੀਕੁਲਰ ਕੇਸ ਔਰਤ ਨੂੰ ਜੀਪ ਦੇ ਉੱਤੇ ਬਿਠਾ ਕੇ ਘੁਮਾਉਣਾ ਅਤੇ ਸੁੱਟ ਕੇ ਜਾਣਾ ਹੈਗਾ, ਉਸ ਨੂੰ ਅਗਰ ਆਪਾਂ ਨਖੇੜ ਕੇ ਇਕੱਲੇ ਤੌਰ 'ਤੇ ਦੇਖੀਏ ਕਿ ਇਸ ਨੂੰ ਤੁਸੀਂ ਮਨੁੱਖੀ ਹੱਕਾਂ ਦੀ ਉਲੰਘਣਾ ਵਜੋਂ ਕੌਮਾਂਤਰੀ ਪੱਧਰ 'ਤੇ ਜਾਂ ਕੌਮੀ ਪੱਧਰ, ਕਿਉਂਕਿ ਤੁਸੀਂ ਕੌਮਾਂਤਰੀ ਪੱਧਰ 'ਤੇ ਵੱਖ ਵੱਖ ਦੇਸ਼ਾਂ 'ਚ ਤੁਸੀਂ ਸ਼ਾਂਤੀ ਦੂਤ ਦੇ ਤੌਰ 'ਤੇ ਵੀ ਜਾਂਦੇ ਰਹੇ ਹੋ ਤਾਂ ਵੱਖ ਵੱਖ UN 'ਚ ਵੀ ਤੁਸੀਂ ਕੰਮ ਕੀਤਾ ਯੂਨਾਈਟਿਡ ਨੇਸ਼ਨ 'ਚ, ਕਿ ਉੱਥੇ ਤੁਸੀਂ ਸਮਝਦੇ ਹੋ ਕਿ ਹਾਈਕੋਰਟ ਸਫੀਸ਼ੈਂਟ ਹੈ, ਸਾਨੂੰ ਇਨਸਾਫ ਮਿਲ ਜਾਏਗਾ ਜਾਂ ਇਸ ਨੂੰ ਉਸ ਮੁਹਾਜ਼ 'ਤੇ ਚੁੱਕਣ ਦੀ ਲੋੜ ਹੈ? ਮੈਂ ਸਮਝਦਾ ਕਿ ਅਜੇ ਜਿਹੜਾ ਵਾ ਸਾਡੀ ਜਿਹੜੀ ਨਿਆਂਪਾਲਿਕਾ ਵਾ ਸਾਨੂੰ ਉਹਦੇ ਉੱਤੇ ਵਿਸ਼ਵਾਸ ਹੈ। ਸਾਡੀ ਨਿਆਂਪਾਲਿਕਾ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਇਤਿਹਾਸ ਰਿਹਾ ਕਿ ਜਿੱਥੇ ਵੀ ਕੋਈ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਉਹਦੇ ਉੱਤੇ ਡਟ ਕੇ ਜਿਹੜਾ ਵਾ ਉਹ ਸਟੈਂਡ ਲਿਆ ਵਾ। ਮੈਂ ਨਹੀਂ ਸਮਝਦਾ ਕਿ ਇਸ ਸਟੇਜ ਦੇ ਉੱਤੇ ਸਾਨੂੰ ਆਪਣੇ ਦੇਸ਼ ਤੋਂ ਬਾਹਰ ਜਾ ਕੇ ਇਸ ਇਸ਼ੂ ਨੂੰ ਚੁੱਕਣ ਦੀ ਲੋੜ ਹੈ। ਅਸੀਂ ਜਿਹੜਾ ਸਟਿਲ ਜਿਹੜਾ ਕੇਸ ਹੈ ਸਾਡਾ ਹਾਈਕੋਰਟ ਦੇ ਵਿੱਚ, ਓਨਰੇਬਲ ਹਾਈਕੋਰਟ ਦੇ ਵਿੱਚ ਪੈਂਡਿੰਗ ਹੈ ਔਰ ਸਾਨੂੰ ਕਿਉਂਕਿ ਹਾਈਕੋਰਟ ਨੇ ਇਸ ਕੇਸ ਨੂੰ ਬਹੁਤ ਸੰਜੀਦਾ ਤੌਰ ਦੇ ਉੱਤੇ ਲਿਆ, ਸਾਰਾ ਜਿਹੜਾ ਆਰਡਰ ਵੀ ਲਿਖਾਇਆ ਉਹਦੇ ਵਿੱਚ ਵੀ ਉਹਨਾਂ ਨੇ ਮਾਨਯੋਗ ਹਾਈਕੋਰਟ ਨੇ ਲਿਖਿਆ ਦੋ ਚੀਜ਼ਾਂ, ਖਾਸ ਕਰਕੇ ਇੱਕ ਕਿ ਬਿਨਾਂ ਤੁਸੀਂ ਲੇਡੀ ਪੁਲਿਸ ਦੇ ਉੱਤੇ ਜਾ ਕੇ ਕਿਸੇ ਘਰ ਦੇ ਵਿੱਚ ਕਿਵੇਂ ਰੇਡ ਕਰ ਸਕਦੇ ਹੋ ਅਤੇ ਕਿਵੇਂ ਲੇਡੀਜ਼ ਦੇ ਨਾਲ ਤੁਸੀਂ ਜਿਹੜੀ ਆ ਉਹ ਹੱਥੋਪਾਈ ਕਰ ਸਕਦੇ ਹੋ, ਉਹਨਾਂ ਦੇ ਨਾਲ ਮਿਸਬਿਹੇਵ ਕਰ ਸਕਦੇ ਹੋ। ਦੂਸਰਾ ਕਿ ਤੁਸੀਂ ਇੱਕ ਨੂੰ ਛੱਤ ਦੇ ਉੱਤੇ ਬਿਠਾ ਕੇ 3 ਕਿਲੋਮੀਟਰ ਤੱਕ ਘੁਮਾ ਕੇ ਕਿਵੇਂ ਕਿਸੇ ਦੀ ਜ਼ਿੰਦਗੀ ਜਿਹੜੀ ਖਤਰੇ 'ਚ ਪਾ ਸਕਦੇ ਹੋ। ਸਾਨੂੰ ਉਮੀਦ ਹੈ ਕਿ ਓਨਰੇਬਲ ਹਾਈਕੋਰਟ ਜਿਨ੍ਹਾਂ ਨੇ ਬੜਾ ਸੰਜੀਦਾ ਤੌਰ 'ਤੇ ਇਸ ਨੂੰ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਨਸਾਫ ਮਿਲੇਗਾ। ਜਿਹੜੀ ਇਹ SIT ਬਣਾਈ ਗਈ ਆ ਇਹ ਇਸੇ ਡਾਇਰੈਕਸ਼ਨ ਦੇ ਵਿੱਚ ਇਸੇ ਵੱਲ ਨੂੰ ਇੱਕ ਕਦਮ ਹੈ ਅਤੇ ਅਸੀਂ ਜਿਹੜਾ ਵਾ ਸਮਝਦੇ ਹਾਂ ਕਿ ਸਾਡੀ ਜਿਹੜੀ ਸਾਡੇ ਕਲਾਇੰਟ ਆ, ਜਿਹੜੀ ਪੀੜਿਤ ਪਾਰਟੀ ਆ, ਜਿਹੜੇ ਵਿਕਟਮ ਆ, ਉਹਨਾਂ ਨੂੰ ਇਸ ਗੱਲ ਦਾ ਜਿਹੜਾ ਨਿਆਂ ਮਿਲੂਗਾ ਔਰ ਜਿਹੜੇ ਪੁਲਿਸ ਵਾਲੇ ਦੋਸ਼ੀ ਨੇ ਜਿਨ੍ਹਾਂ ਨੇ ਬਿਲਕੁਲ ਜਾਲਸਾਜ਼ੀ ਕੀਤੀ, ਇੱਕ ਬਹੁਤ ਹੀ ਗੈਰ ਕਾਨੂੰਨੀ ਕੰਮ ਕੀਤਾ, ਉਹਨਾਂ ਦੇ ਉੱਤੇ ਪ੍ਰੋਪਰ ਜਿਹੜਾ ਵਾ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਇਹਨਾਂ ਨੇ ਜੁਰਮ ਕੀਤੇ ਬਣਦੇ ਨੇ ਇਹਦੇ ਵਿੱਚ, ਇਨਕਲੂਡਿੰਗ 307 ਕੇ ਕਿਸੇ ਨੂੰ ਅਟੈਂਪਟ ਟੂ ਮਰਡਰ ਦਾ ਜਿਹੜਾ ਵਾ ਕਿਸੇ ਦੀ ਜ਼ਿੰਦਗੀ ਖਤਰੇ 'ਚ ਪਾਉਣਾ, ਇਹ ਸਾਰੇ ਜਿਹੜੇ ਕੇਸ ਬਣ ਕੇ ਉਹਨਾਂ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਐਕਸ਼ਨ ਲਿਆ ਜਾਊ। ਬਿਲਕੁਲ, ਅਸੀਂ ਅੰਮ੍ਰਿਤਸਰ ਜ਼ਿਲ੍ਹੇ 'ਚ ਵਾਪਰੇ ਉਸ ਮਾਮਲੇ ਦੀ ਗੱਲ ਕਰਕੇ ਹਟੇ ਹਾਂ ਜਿਸ 'ਚ ਇੱਕ ਔਰਤ ਨੂੰ ਪੁਲਿਸ ਪਾਰਟੀ ਵੱਲੋਂ ਜੀਪ ਦੀ ਛੱਤ ਦੇ ਉੱਤੇ ਬਿਠਾ ਕੇ 2-3 ਕਿਲੋਮੀਟਰ ਪਹਿਲਾਂ ਉਹਨੂੰ ਘੁਮਾਇਆ ਗਿਆ ਬੜੀ ਹਾਈ ਸਪੀਡ ਦੇ ਉੱਤੇ, ਅਤੇ ਫਿਰ ਇੱਕ ਮੋੜ ਦੇ ਉੱਤੇ ਉਹ ਵਿਚਾਰੀ ਥੱਲੇ ਆਪਣੇ ਆਪ ਡਿੱਗੀ ਹੈ, ਜਿਹਦੀ ਵੀਡੀਓ ਜਨਤਕ ਹੋ ਚੁੱਕੀਆਂ ਨੇ। ਇਸ ਮਾਮਲੇ ਦਾ ਇੱਕ ਵੱਡਾ ਪਹਿਲੂ ਇਹ ਅੱਜ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਸ਼ਾਇਦ, ਜੋ ਵਕੀਲ ਸਾਹਿਬ ਦਾ ਕਹਿਣਾ, ਕਿਉਂਕਿ ਐਡਵੋਕੇਟ ਬਾਠ ਯੂਨਾਈਟਿਡ ਨੇਸ਼ਨ 'ਚ ਕਾਫੀ ਸਰਗਰਮ ਰਹਿ ਚੁੱਕੇ ਨੇ ਮਨੁੱਖੀ ਹੱਕਾਂ ਵਾਸਤੇ, ਕੌਮਾਂਤਰੀ ਪੱਧਰ ਦੇ ਉੱਤੇ ਇਹਨਾਂ ਨੇ ਕਾਫੀ ਨਾਮਣਾ ਖੱਟਿਆ ਹੈ, ਇਹ ਉਹਨਾਂ ਦੇ ਵਕੀਲ ਨੇ, ਉਸ ਔਰਤ ਦੇ ਵਕੀਲ ਨੇ, ਕਿ ਪੁਲਿਸ ਪਾਰਟੀ ਨੂੰ ਜਦੋਂ ਲੱਗਿਆ ਕਿ ਪਿੰਡ ਦੇ ਲੋਕਾਂ ਦਾ ਗੁੱਸਾ ਵੱਧ ਗਿਆ ਤਾਂ ਉਹਨਾਂ ਨੇ ਆਪਣਾ ਬਚਾਅ ਕਰਨ ਲਈ ਔਰਤ ਦਾ ਸਹਾਰਾ ਲਿਆ ਅਤੇ ਉਸ ਔਰਤ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਇਆ ਅਤੇ ਉਸ ਨੂੰ ਕਈ ਕਿਲੋਮੀਟਰ ਜਿਹੜਾ ਹੈਗਾ ਛੱਤ ਦੇ ਉੱਤੇ ਜੀਪ 'ਤੇ ਬਿਠਾ ਕੇ ਰਸਤੇ 'ਚ ਸੁੱਟਿਆ ਗਿਆ ਜਾਂ ਉਹ ਆਪ ਡਿੱਗੀ ਹੈ, ਤਾਂ ਉਹਦੀ ਕਿਸਮਤ ਚੰਗੀ ਸੀ ਕਿ ਉਹਦੀ ਜਾਨ ਬਚ ਗਈ ਹੈ।
ਪੁਲਿਸ ਦਾ ਪਹਿਲੂ ਭਾਵੇਂ ਕੁਝ ਵੀ ਹੋਵੇ, ਪੁਲਿਸ ਕਹਿ ਰਹੀ ਹੈ ਕਿ ਆਪਣੇ ਆਪ ਬੈਠੀ ਹੈ ਤਾਂ ਵੀ ਇਸ ਤਰ੍ਹਾਂ ਘੁਮਾਉਣਾ ਨਹੀਂ ਬਣਦਾ ਸੀਗਾ। ਪੁਲਿਸ ਨੇ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਹੈ, ਪੁਲਿਸ ਦੀ ਇਹ ਸਭ ਤੋਂ ਪਹਿਲੀ ਬੁਨਿਆਦੀ ਡਿਊਟੀ ਹੈ। ਸੋ ਇਹ ਮਾਮਲਾ ਸਾਨੂੰ ਲੱਗਦਾ ਕਿ ਬਹੁਤ ਵੱਡਾ ਬਣਨ ਜਾ ਰਿਹਾ। ਅਗਰ ਉਮੀਦ ਕਰਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ 20 ਦਸੰਬਰ ਨੂੰ ਅਗਲੀ ਤਰੀਕ ਹੈ ਜਦੋਂ ਇਹਨਾਂ ਨੇ ਉਸ SIT ਤੋਂ ਸਟੇਟਸ ਰਿਪੋਰਟ ਮੰਗੀ ਹੋਈ ਹੈ, ਉਮੀਦ ਕਰਦੇ ਹਾਂ ਕਿ ਉਦੋਂ ਤੱਕ ਇਨਸਾਫ ਹੋ ਜਾਏ ਘੱਟੋ ਘੱਟ। ਹੁਣ ਇਸ ਦੌਰ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਅਸੀਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਅੱਜ ਕੱਲ੍ਹ ਤਾਂ ਸ਼ਾਇਦ ਮਨੁੱਖੀ ਹੱਕਾਂ ਦੀ ਜੋ ਉਲੰਘਣਾ ਹੈ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਉਹ ਸ਼ਾਇਦ ਰੁਕ ਜਾਣੀ ਚਾਹੀਦੀ ਹੈ, ਕਿਉਂਕਿ ਪੂਰੀ ਦੁਨੀਆ IT ਦੇ ਨਾਲ ਜੁੜ ਕੇ ਇੱਕ ਹੋ ਚੁੱਕੀ ਹੈ। ਇੱਕ ਮਿੰਟ 'ਚ ਅੰਮ੍ਰਿਤਸਰ ਦੇ ਕੱਥੂ ਨੰਗਲ ਦੀ ਵੀਡੀਓ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਪੰਜਾਬ ਨਾਲ ਕੋਈ ਸਰੋਕਾਰ ਜਾਂ ਮਨੁੱਖੀ ਹੱਕਾਂ ਨਾਲ ਸਰੋਕਾਰ ਰੱਖਣ ਵਾਲਾ ਬੈਠਾ ਹੈ ਉਸ ਤੱਕ ਪਹੁੰਚ ਗਈ। ਅਦਾਲਤ 'ਚ ਦਾ ਕੇਸ ਕਿਤੇ ਬਾਅਦ ਵਿੱਚ ਆਇਆ। ਬਹੁਤ ਧੰਨਵਾਦ ਬਾਟ ਸਾਹਿਬ ਤੁਹਾਡਾ ਜੀ।